ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਮੇਂ ਸਮੇਂ ਬਾਬਾ ਦੀਪ ਸਿੰਘ ਜੀ ਉਸ ਟਾਈਮ ਸਰਕਾਰਾਂ ਨੇ ਸਿੱਖਾਂ 'ਤੇ ਅੱਤਿਆਚਾਰ ਕੀਤਾ। ਭਾਈ ਬਾਬਾ ਦੀਪ ਸਿੰਘ ਨੇ ਸ਼ੀਸ਼ ਦੇ ਕੇ ਅਤੇ ਹਰਿਮੰਦਰ ਸਾਹਿਬ ਯਾਦ ਕਰਾਇਆ, ਉੱਥੇ ਉਹਨਾਂ ਦੀ ਯਾਦ ਮੈਂ ਹੋਈ ਹੈ। ਉਸ ਤੋਂ ਉਪਰੰਤ ਬਾਬਾ ਗੁਰਬਖਸ਼ ਸਿੰਘ ਜੀ ਵੀ ਉਹ ਸਮੇਂ ਦੇ ਸਰਕਾਰ ਨਾਲ ਮੱਥਾ ਲਾ ਕੇ ਹਰਿਮੰਦਰ ਸਾਹਿਬ ਯਾਦ ਕਰਾਇਆ, ਉਹਨਾਂ ਦੀ ਯਾਦ ਉੱਥੇ ਬਣੀ ਹੈ। ਇਸ ਤਰ੍ਹਾਂ ਹੀ ਸਮੇਂ ਸਮੇਂ ਅਨੁਸਾਰ ਜਦੋਂ ਗੌਰਮੈਂਟ ਨੇ ਅੱਤਿਆਚਾਰ ਸਿੱਖਾਂ 'ਤੇ ਕੀਤਾ, ਸਿੱਖਾਂ ਦੀ ਹੋਂਦ ਨੂੰ ਮਿਟਾਉਣ ਨੂੰ ਤਿਆਰ ਰਹੀ ਸਰਕਾਰ, ਉਦੋਂ ਵੀ ਸਰਕਾਰਾਂ ਇੱਦਾਂ ਕਰਦੀ ਰਹੀ ਆ। ਹੁਣ ਵੀ ਸਰਕਾਰਾਂ ਦਾ ਬੋਲਬਾਲਾ ਉਹੋ ਹੀ ਆ, ਸਮਾਂ ਬਦਲ ਗਿਆ, ਸਰਕਾਰਾਂ ਦਾ ਕਾਨੂੰਨ ਨਹੀਂ ਬਦਲਿਆ ਹੈ। ਉੱਥੇ ਸੰਤਾਂ ਨੇ ਮੋਰਚਾ ਲਾ ਕੇ ਅਤੇ ਦਰਬਾਰ ਸਾਹਿਬ ਨੂੰ ਸਿੱਖਾਂ ਦੀ ਪਾਕ ਨੂੰ ਦਸਤਾਰ ਨੂੰ ਯਾਦ ਕਰਾਉਣ ਵਾਸਤੇ ਮੋਰਚਾ ਲਾਇਆ। ਇਹਨਾਂ ਕਰਕੇ ਉੱਥੇ ਸਾਰੇ ਸਿੰਘ ਸੰਤ ਜਰਨੈਲ ਸਿੰਘ ਜੀ ਅਤੇ ਸਮੂਹ ਸੰਗਤ ਜੈ ਦੇ ਸਿੰਘ ਸਾਰੇ ਸ਼ਹੀਦ ਉੱਥੇ ਹੋਏ ਹੈ। 28 ਸਾਲ ਬਾਅਦ ਇਹ ਸ਼੍ਰੋਮਣੀ ਕਮੇਟੀ ਵੱਲੋਂ ਸੰਸਥਾ ਵੱਲੋਂ ਇੱਕ ਮਤਾ ਕਰਕੇ ਪਾਸ ਕਰਕੇ ਇਹਦੀ ਯਾਦ ਵਧਾਉਣ ਦਾ ਉਪਰਾਲਾ ਕੀਤਾ, ਜਿਹਨਾਂ 'ਚ 5 ਸਿੰਘ ਸਾਹਿਬਾਨ, ਹੋਰ ਜਥੇਬੰਦੀਆਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਨੰਦਪੁਰ ਸਾਹਿਬ ਮਤਾ ਕਰਕੇ ਇਹ ਪਾਸ ਕਰਕੇ ਇਹ ਸੇਵਾ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਨੂੰ ਸੌਂਪੀ ਗਈ ਹੈ। ਇਹ ਸੇਵਾ 'ਚ ਯੋਗਦਾਨ ਪਾਉਣ ਵਾਸਤੇ ਸਮੂਹ ਸੁਸਾਇਟੀਆਂ, ਸਮੂਹ ਸੰਗਤ, ਸਮੂਹ ਜਥੇਬੰਦੀਆਂ ਹਮਲਾਵਾਰ ਅਤੇ ਯਾਦਗਾਰ ਸ਼ਹੀਦਾਂ ਦੀ ਬਣੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੀ ਸੇਵਾ, ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ। ਸਤਿਗੁਰ ਕੀ ਸੇਵਾ, ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਕੋ ਕਰੇ ਚਿੱਤ ਲਾਏ। ਸਤਿਗੁਰ ਕੀ ਸੇਵਾ, ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜੇ ਕੋ ਕਰੇ ਚਿੱਤ ਲਾਏ। ਮਨ ਚਿੰਦਿਆ ਫਲ ਪਾਵਣਾ, ਮਨ ਚਿੰਦਿਆ ਫਲ ਪਾਵਣਾ, ਹਉ ਮੈਂ ਵਿੱਚੋਂ ਜਾਏ, ਹਉ ਮੈਂ ਵਿੱਚੋਂ ਜਾਏ। ਸਤਿਗੁਰ ਕੀ ਸੇਵਾ, ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਕਰੇ ਚਿੱਤ ਲਾਏ।